ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਐਮ ਸ਼ਰਮਾ ਵਾਈ ਟੀ ਦੀ ਨਵੀਂ ਵੀਡੀਓ ਵਿੱਚ। ਆਹ ਦੇਖ ਲੈ, ਪੂਰਾ 12 ਕਰਮਾਂ ਦਾ ਘਰ ਹੈ ਭਰਾਵਾ। ਪਾਈਪ ਵੀ ਕਿੱਥੇ ਪਿਆ ਪੱਟਿਆ? ਪਾਈਪ ਤਾਂ ਰੱਬ ਦੇ ਟੰਗਿਆ ਪਿਆ ਸੀ। ਆ ਕਲਿਆ ਉਰੇ ਤੱਕ ਹੈ ਬਾਈ, ਇਹ 20 ਮੰਜਿਆਂ ਦਾ ਥਾਂ ਹੈ, 25 ਦਾ। ਕਿਹੜੇ ਇੱਥੇ ਲੱਗਣਗੇ ਡਾਲ? ਇੰਨੇ ਭੈਣ ਚੋਦ ਮਰੇ ਤਾਂ ਪਏ, ਮਿੱਟੀ ਚੱਕੇ ਤਾਂ ਲੱਗਣਗੇ ਯਾਰ, ਪਾਣੀ ਤਾਂ ਲੱਗਣਾ ਨਹੀਂ ਜੇ। ਪਾਣਾ ਉਰੇ ਆਉਣਾ ਹੀ ਨਹੀਂ ਆ, ਦੇਖ ਡਾਲ ਵੀ ਲਾ ਦੇਗਾ, ਪਾਣੀ ਕਿੱਥੋਂ? ਫਿਰ ਉਹੀ ਤਾਂ ਗੱਲ ਆ, ਦੇਖ ਲੈ ਇੱਥੇ ਜੀਰੀ ਵਧੀਆ ਸੀ ਕਲਿਆ, ਪਾਣੀ ਤਾਂ ਨਹਿਰਦਾਰ ਹੈ ਕਲਾ ਯਾਰ, ਹਜੇ ਇੱਧਰੋਂ ਤਾਂ ਨਹੀਂ ਆਉਂਦਾ ਕਿਤੋਂ। ਹੋਰ ਦੇਖ ਲੈ ਕੀ ਕਰੂ ਯਾਰ, ਕੋਈ ਭੈਣ ਦੇ ਯਾਰ ਦਾ ਪੰਗਾ। ਅਜੇ ਤਾਂ ਉਹ ਖੰਭਾ ਵੀ ਡਿੱਗੂ ਮੇਰੇ ਹਿਸਾਬ 'ਚ, ਚੁਕਾਉਂਦਾ ਨਹੀਂ ਉਹ। ਅਜੇ ਕੱਢਣਾ ਜਾਈ ਓਏ, ਆਹੋ ਤੂੰ ਨਾ ਵੀ ਨਾ ਬੈਠਾ ਹੋਵੇ ਬੁੱਤ ਕਿਉਂ, ਉਹ ਸੁੱਕੇ ਥਾਂ 'ਚ ਲਿੱਕੜ ਲਿੱਕੜ ਖੜਦੇ ਨੇ ਨਾ ਭੈਣ ਦੇ ਮਾਮਿਆਂ। ਆ ਦੇਖੀ ਪਾਇਪ, ਹਾਲਾ ਕਹਿਣ ਦਾ ਪਾਇਪ ਕਿੱਥੇ ਪਿਆ, ਪਾਣੀ ਕਿੱਥੇ ਪਿਆ, ਇਹ ਗਲਾ ਪਾਣੀ ਆਉਂਦਾ ਵੀ ਹੋਊ ਯਾਰ ਜੀਰੀ ਦਾ ਹੁਣ। ਅਜੇ ਕੋਈ ਬੰਦਾ ਨਹੀਂ ਹੁੰਦਾ, ਕੋਠੇ ਸਾਰੇ ਕੋਠੇ ਖਾਲੀ ਪਏ ਨੇ, ਇੱਕ ਬੰਦਾ ਨਹੀਂ ਪਾਇਪ ਮੈਂ ਬੰਦ ਕਰਕੇ ਆਇਆ ਜੀ ਇਹਨਾਂ ਦੇ। ਹੋਰ ਆ ਬੰਦਾ ਮੇਰੇ ਨਾਲ 1.5 ਕਿੱਲੇ 'ਚ ਪਾਣੀ ਕਰ ਰੱਖਿਆ ਜੀ, 25-30 ਕਿੱਲਿਆਂ ਦਾ। ਆਪ ਜੀ ਤਾਂ ਡੋਬਣ ਵਾਲੀ ਡੋਬ ਨਹੀਂ, ਪਾਣੀ ਆਉਣਾ ਨਹੀਂ ਆਉਂਦੇ। ਹੋ ਉੱਥੇ ਤੱਕ ਇਹ ਕਲਿਆ ਹਜੇ ਵੀ ਡਿੱਗੀ ਜਾਂਦੀਆਂ ਨੇ, ਹਜੇ ਕਿਹੜਾ ਰੋਕ ਲਈਆਂ, ਇਹ ਤਾਂ ਠਾਣੀ ਜਾਣਾ ਪਊ ਬਾਈ, ਇਹ ਨਹੀਂ ਲੋਟੂਗਾ। ਆ ਜਾ ਕਲਾ ਵਿੱਚ ਨਹੀਂ, ਆ ਜਾ। ਆਹੋ ਮੈਂ ਤਾਂ ਕਹੂੰ ਬਾਬੂ ਨੂੰ ਵੀ ਮਹਾਰਾਜ ਦਾ ਜਾਣਾ ਪਊਗਾ ਕਲਿਆ, ਉਰੇ ਤੱਕ ਆਪਣੀ ਜਿਹੜੀ ਉਰੇ ਤੱਕ। ਫਿਰ ਆਹੋ ਗੋਡੇ ਗੋਡੇ ਹੋ ਵੀ ਤਾਂ ਡੱਕੇ ਲਵਾ ਮਹਾਰਾਜ, ਮੇਰੇ ਤਾਂ ਮੈਨੂੰ ਨਹੀਂ ਪਤਾ ਹੈਗਾ ਕਲਿਆ ਉਰੇ ਤੱਕ ਆ ਓਏ। ਹੋਰ ਕਲਿਆ ਉਰੇ ਤੱਕ ਆ ਓਏ, ਆਹ ਦੇਖ ਉਰੇ ਤੱਕ ਆ ਬਾਈ, ਤਾਂ ਚੁੱਕੋ ਕਿੱਲੇ ਦਾ ਪੰਟਾ ਪੂਰਾ। ਆਹ ਦੇਖ ਭੈਣ ਦੇ ਜਰਾਂ ਨੇ ਸ਼ਰਮ ਲਾ ਰੱਖੀ ਆ ਲੋਕਾਂ ਨੇ, ਤੈਨੂੰ ਤਾਂ ਕਾਹਨੂੰ ਆ ਵੀਡੀਓ ਜੀ ਦੂਜੀ ਬਣਾਉਣਾ, ਮੈਂ ਗਾਲਾਂ ਦਿੱਤੀਆਂ ਗਈਆਂ ਜਦੋਂ ਥਾਣੇ 'ਚ ਦਿਖਾਉਣੀ ਪਊ। ਹੋ 7 ਕਿੱਲਿਆਂ ਦਾ ਪਾਣੀ ਕਰ ਰੱਖਿਆ ਪੈਂਦਾ ਭੈਣਾ, ਹਜੇ ਵੀ ਨਹੀਂ ਬੰਦ, ਦੇਖ ਕਿੱਡਾ ਘਰ ਆ ਓਏ, ਦੇਖ 10 ਕਰਮਾਂ ਦਾ ਪੂਰਾ। ਅਜੇ ਕਹਿਣਗੇ ਸਾਲ ਦੇਖੀ ਕਲਾ ਕਿੱਥੇ ਤੱਕ ਦੱਬੀ ਆ ਭੈਣ, ਕਦੋਂ ਵੀਡੀਓ ਬਣਾ ਲਈ ਨਾ, ਹਮੇ ਤਾਂ ਮੈਂ ਥਾਣੇ 'ਚ ਦਿਖਾਊਂ ਯਾਰ, ਅਤੇ ਤੁਸੀਂ ਜਾਣ ਲੈ ਵੀ। ਦੋਸਤੋ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ ਜਿੱਥੋਂ ਦੀ, ਆ ਪਹਿਲੇ 2 ਦਿਨ ਬਾਰਿਸ਼ ਚੱਲੀ ਸੀ, ਉਸਦਾ ਮੀਂਹ, ਆ ਖਾਲਾਂ ਵੱਟਾਂ ਦੇ ਵਿੱਚ ਦੀ ਕਿਵੇਂ ਟੁੱਟ ਕੇ ਚੱਲਿਆ, ਤੁਹਾਨੂੰ ਟੁੱਟੇ ਹੋਏ ਪਾਣੀ ਦੀਆਂ ਚੱਲਦੀਆਂ ਤਸਵੀਰਾਂ ਵੀ ਦਿਖਾਵਾਂਗੇ ਵੀ ਕਿਵੇਂ ਪਾਣੀ ਟੁੱਟਿਆ ਇੱਥੋਂ ਦੀ, ਚੱਲਿਆ ਪਾਣੀ ਦੇਖ ਸਕਦੇ ਹੋ, ਪੱਕੇ ਖਾਲਾਂ ਨੂੰ ਤੋੜਦਾ ਹੋਇਆ। ਆ
ਖਾਲਾਂ ਬੱਟਾ ਸਰ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲੇ ਮੇਰੇ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬਾਈ ਜੀ ਆਪਣੇ ਦੋਸਤ ਨੇ ਇਹਨਾਂ ਦਾ ਚੈਨਲ ਹੈ ਸ਼ਰਮਾ ਵਾਈ ਟੀ ਇੱਧਰ ਇਹ ਵੀ ਸਾਡੇ ਦੋਸਤ ਨੇ ਰਾਜਾ ਸਿੰਘ ਜੀ ਸੋ ਅੱਜ ਅਸੀਂ ਖੇਤ ਬੈਠੇ ਸੀ ਦਿਲ ਕੀਤਾ ਜੋ ਵਿਚਾਰਾਂ ਕਰੀਆਂ ਨੇ ਮਨ 'ਚ ਖਿਆਲ ਹੈ ਪਹਿਲਾਂ ਵੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖਣ ਵਾਲੇ ਮੇਰੇ ਵੀਰ ਭਰਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਬਾਈ ਜੀ ਇਹ ਆਪਣੇ ਸ਼ਰਮਾ ਜੀ ਸਾਡੇ ਦੋਸਤ ਨੇ ਇਹਨਾਂ ਦਾ ਚੈਨਲ ਹੈ ਐਮਾ ਸ਼ਰਮਾ ਵਾਈ ਟੀ ਇਹ ਆਪਣੇ ਰਾਜਾ ਜੀ ਇਹ ਵੀ ਆਪਣੇ ਦੋਸਤ ਮਿੱਤਰ ਨੇ ਸੋ ਬੈਠੇ ਸੀ ਖੇਤ 'ਚ ਵਿੱਚ ਵਿਚਾਰ ਆਈ ਵਿਚਾਰਾਂ ਕਰੀਆਂ ਨੇ ਬਹੁਤ ਸੋ ਜਿਹੜਾ ਇਹ ਸੰਘਰਸ਼ ਚੱਲ ਰਿਹਾ ਅਤੇ ਮੇਰਾ ਵੀ ਜੀ ਕੀਤਾ ਪਹਿਲਾਂ ਮੈਂ ਪੜ੍ਹਦਾ ਗਾਉਂਦਾ ਰਹਿੰਦਾ ਸੀ ਹੁਣ ਉਬਾਲਾ ਉੱਠਿਆ ਸੋਨੂੰ ਚੰਦ ਲੈਣਾ ਸੁਣਾ ਰਿਹਾ ਗੀਤ ਜੋ ਕਿ ਆਪਣੇ ਕੁਲਦੀਪ ਮਾਨਕ ਜੀ ਨੇ ਗਾਇਆ ਸੋ ਸੁਣਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੇ ਪਸੰਦ ਆਇਆ ਤਾਂ ਠੀਕ ਹੈ ਬਾਈ ਜੀ ਤੋ ਮੈਂ ਸ਼ੁਰੂ ਕਰਦਾ ਉਹ ਗੱਡੀ ਰੁਕੀ ਲਾਹੌਰ ਸਟੇਸ਼ਨ ਖੜੀਆਂ ਕਰਨ ਗਾਰ ਦਾ ਖੇਖਣ ਇੱਕ ਤੇ ਸੱਪ ਹਿੰਦੂਆਂ ਦੇ ਲੇਟਣ ਡੰਗ ਸ਼ਗੀਨਾ ਮਾਰਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਲਾਲਾ ਲਾਜਪਤ ਜੀ ਮੂਰੇ ਮਾਰਨ ਨਾਲੇ ਹੋ ਹੋ ਦੂਰੇ ਗੱਲਾਂ ਕਰਨ ਹੰਕਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਉਹ ਪੈ ਗਿਆ ਡਾਂਗਾਂ ਦਾ ਖੜਕਾਟਾ ਮੂਸਰ ਲਾਲਾ ਜੀ ਦਾ ਪਾਟਾ ਜਿਹੜਾ ਪਿਆ ਦੇਸ਼ ਨੂੰ ਘਾਟਾ ਨਾ ਕੌਮਾਂ ਕਦੇ ਸਹਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਓਏ ਧੰਨਵਾਦ ਅਜਾਸੀ ਟੋਲਿਆ ਜਿਹੜਾ ਖੂਨ ਬੇਦੋਸਾ ਡੋਲਿਆ ਢਿੱਲੋਂ ਲਿਖੂਗਾ ਸੁਣ ਸੁਣ ਗੋਲਿਆ ਗੱਲਾਂ ਥੋਡੀ ਹਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਜਵਾਨੀ ਜੜਾਂ ਪਟਣ ਨੂੰ ਕਾਲੀ ਉਹ ਜ਼ਾਲਮ ਸਰਕਾਰ ਦੀਆਂ ਵੀਰੋ ਇਹ ਚੰਦ ਲੈਣਾ ਕੁਛ ਸ਼ੇਅਰ ਕਰੋ ਵੱਧ ਤੋਂ ਵੱਧ ਪਸੰਦ ਆਇਆ ਤਾਂ ਤੁਹਾਨੂੰ ਹੋਰ ਵੀ ਕੋਸ਼ਿਸ਼ ਕਰਾਂਗੇ ਸੁਣਾਉਣ ਦੀ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਆਪਣੀ ਕਿਸਾਨੀ ਬਾਰੇ ਜੋ ਕਿ ਦੋ ਦਿਨ ਪਹਿਲਾਂ ਬਾਰਿਸ਼ ਵੀ ਚੱਲੀ ਸੀ ਉਹਦੇ ਬਾਰੇ ਦੇਖੋ ਮੈਂ ਤਾਂ ਖੇਤੀ ਕਰਦਾ ਨਹੀਂ ਠੇਕੇ 'ਤੇ ਦੇਣ ਵਾਲਾ ਬੰਦਾ ਇਹ ਆਪਣੇ ਕਿਸਾਨ ਰਾਜਾ ਸਿੰਘ ਜੀ ਗਿੱਲ ਅਤੇ ਆਪਣੇ ਵਿਜੇ ਕੁਮਾਰ ਜੀ ਨੇ ਵੈਸੇ ਕਿਸਾਨ ਹਰੀਕਾ ਕੋਈ ਕਿਸੇ ਵੀ ਤਰੀਕੇ ਦਾ ਕਿਸਾਨ ਹੈ ਹਰੀਕਾ ਆਪਦੀ ਮਿਹਨਤ ਕਰਕੇ ਖਾਂਦੇ ਤੁਹਾਨੂੰ ਜਾਣਕਾਰੀ ਦੱਸਦੇ ਹਾਂ ਵੀ ਜੋ ਕਿ ਬਰਸਾਤ ਹੋਈ ਹੈ ਉਹ ਚੰਗੀ ਹੈ ਕਿ ਮਾੜੀ ਹੈ ਕੀ ਚੀਕ ਹੈ ਉਹਦੇ ਬਾਰੇ ਜਾਣਕਾਰੀ ਲੈਣੀ ਹਾਂ ਜੀ ਸ਼ਰਮਾ ਜੀ ਤੁਸੀਂ ਦੱਸੋ ਵੀ ਜੋ ਕਿ ਬਰਸਾਤ ਦੇ ਕਾਰਨ ਕੀ ਨੁਕਸਾਨ ਹੋਇਆ ਅਤੇ ਕੀ ਫਾਇਦਾ ਹੋਇਆ ਜੀ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਹੱਦੋਂ ਚੀਜ਼ ਟੱਪ ਜੇ ਉਹਦਾ ਨੁਕਸਾਨ ਹੀ ਹੁੰਦਾ ਕੋਈ ਵੀ ਚੀਜ਼ ਵੱਤ ਦੀ ਠੀਕ ਰਹਿੰਦੀ ਹੈ
ਜਿਵੇਂ ਹੁਣ ਨਰਮੇ 'ਤੇ ਲਾ ਲਓ, ਨਰਮੇ ਦਾ ਨੁਕਸਾਨ ਹੀ ਆ, ਕਿਉਂ ਹੁਣ ਇਹਦਾ ਫਲ ਚੱਕਣ ਦਾ ਟਾਈਮ ਹੁੰਦਾ। ਜਿਵੇਂ ਹੁਣ ਟਿੰਡੇ ਵੜਨੇ ਆਪਣੇ ਨਰਮੇ 'ਤੇ ਲਾ ਲਿਆ, ਟਿੰਡੇ ਗਲ ਗਏ, ਉਹ ਨੁਕਸਾਨ ਹੀ ਹੈ। ਨੀਵੇਂ ਥਾਵਾਂ 'ਚ ਮੈਂ ਹੁਣ ਖਬਰ ਸੁਣ ਕੇ ਆਇਆ, ਉਹ ਪਾਣੀ ਏ ਪਾਣੀ ਫਿਰਦਾ ਜਲ ਏ ਜਲ ਨਰਮੇ 'ਚ। ਨਰਮੇ ਦਾ ਏਰੀਆ ਆ ਗਿਆ ਜੀ, ਨਰਮੇ ਦਾ ਏਰੀਆ ਆ ਗਿਆ, ਸਰਦੂਲਗੜ੍ਹ ਕੰਨੀ, ਸਰਦੂਲਗੜ੍ਹ ਸਾਰਾ ਇਹ ਨੁਕਸਾਨ ਹੈ। ਜੀਰੀ ਹੈ, ਜੀਰੀ ਦਾ ਵੀ ਨੁਕਸਾਨ ਹੈ। ਨੀਵੇਂ ਥਾਵਾਂ 'ਚ ਹੁਣ ਜਿੱਥੇ ਉਤਦੀ ਪਾਣੀ ਹੋ ਗਿਆ, ਕਦੋਂ ਨਿਕਲਿਆ ਕਦੋਂ ਸੁੱਕਿਆ, ਉਹਦਾ ਵੀ ਨੁਕਸਾਨ ਹੈ। ਨਾ ਰੇਹ ਪਾਉਣ ਜੋਗਾ ਬੰਦਾ, 4 ਦਿਨ ਜੀਰੀ 'ਚ ਪਾਣੀ ਖੜ ਗਿਆ, ਜੀਰੀ ਨੇ ਗਲ ਜਾਣਾ ਜੀ, ਜੀਰੀ ਨੇ ਗਲ ਜਾਣਾ। ਬਹੁਤ ਪਿੰਡਾਂ 'ਚ ਮਰ ਵੀ ਗਈ, ਹਰ ਇੱਕ ਚੀਜ਼ ਦਾ ਹੁਣ, ਫਸਲ ਦਾ, ਫਟਾਰ ਦਾ, ਫਲ ਦਾ, ਸਾਰਾ ਹੁਣ ਮੌਸਮ ਹੈ। ਅਗਲਾ ਮਹੀਨਾ ਵੀ ਹੁਣ ਸ਼ੁਰੂ ਹੋਇਆ, ਮਤਲਬ ਵੀ ਜੇ ਹੁਣ ਇਹ ਜੇ ਹੁਣ ਬਾਰਿਸ਼ ਰੁਕਦੀ ਹੈ ਤਾਂ ਕੁਛ ਨਾ ਕੁਛ ਫਾਇਦਾ, ਪਰ ਜੇ ਹੁਣ ਜ਼ਿਆਦਾ ਹੁੰਦੀ ਹੈ ਜਾਂ ਜਿੱਥੇ ਜ਼ਿਆਦਾ ਹੋ ਗਈ ਤਾਂ ਨੁਕਸਾਨ ਇਹ ਹੈ, ਕੋਈ ਐਡੀ ਫਾਇਦੇ ਵਾਲੀ ਗੱਲ ਨਹੀਂ ਹੈਗੀ। ਪਹਿਲਾਂ ਸਿਆਣੇ ਕਹਿੰਦੇ ਹੁੰਦੇ ਕਿ ਮੀਂਹ ਪਏ ਜੇ। ਲੈ ਵੀ ਦੋਸਤੋ, ਅੱਜ ਆਪਾਂ ਦੇਖੋ ਆਪਣੇ ਬੀਜਾ ਸ਼ਰਮਾ ਜੀ ਜਲ ਪੀ ਰਹੇ ਨੇ, ਪਾਣੀ ਦੇਖ ਲਓ ਪੀ ਰਹੇ ਨੇ ਪਾਣੀ। ਆਪਾਂ ਖੇਤ 'ਚ ਪਹੁੰਚੇ ਹਾਂ, ਪੀਲਾ ਯਾਰ ਗਰਮੀ ਹੈ, ਦੇਖ ਸਕਦੇ ਹੋ ਆਪਾਂ ਖੇਤ 'ਚ ਅੱਜ ਫਿਰ ਚਣਾਵਾ ਦਿਆਂ, ਤੁਹਾਨੂੰ ਮਰੂਦ ਤੋੜਦੇ ਹਾਂ। ਅੱਜ ਆਪਾਂ ਮਰੂਦ ਤੋੜ ਕੇ ਦਿਖਾਉਂਦੇ ਹਾਂ, ਆ ਜਾਓ ਬਾਈ ਆਪਾਂ ਸਾਰੇ ਮਰੂਦ ਖਾਵਾਂਗੇ, ਆ ਜਾਓ ਮਰੂਦ ਤੋੜੀਏ। ਚਲੋ ਜੀ ਸ਼ਰਮਾ ਜੀ, ਜਿੰਨਾ ਮੀਂਹ ਪੈ ਕੇ ਜਦੋਂ ਵੀ ਪੈਸੇ ਚੰਗੇ ਹੀ ਹੁੰਦਾ, ਉਦੋਂ ਪਤਾ ਕੀ ਹੈ, ਉਦੋਂ ਇੰਨੇ ਸਾਧਨ ਨਹੀਂ ਸੀ, ਕਾਲ ਹੁੰਦੇ, ਕਾਲ ਪੈਂਦੇ, ਇੰਨਾ ਢੰਗ ਨਹੀਂ ਸੀ, ਚੱਲ ਜਾਂਦਾ ਸੀ, ਜਗਾ ਜਾਂਦਾ ਸੀ, ਫਸਲਾਂ ਦਾ ਨੁਕਸਾਨ ਵੀ ਘੱਟ ਹੁੰਦਾ ਸੀ, ਘੱਟ ਹੁੰਦਾ ਸੀ, ਮੰਗਦੀਆਂ ਦੀ ਫਸਲਾਂ ਦੇਸੀ ਹੁੰਦੀ। ਅੱਜ ਕੱਲ੍ਹ ਤਾਂ ਹਾਈਬ੍ਰਿਡ ਚੀਜ਼ ਹਰੇ ਹੋ ਗਏ, ਜੇ ਮਾੜਾ ਮੋਟਾ ਕੋਈ ਉੱਥੇ ਦੀ ਕੰਮ ਹੋ ਗਿਆ ਜਾਂ ਮਾੜਾ ਮੋਟਾ ਵਿਸਰ ਗਿਆ ਖਤਮ ਨਾਲ ਦੀ ਨਾਲ। ਅਤੇ ਵੀ ਕੁੱਲ ਮਿਲਾ ਕੇ ਫਾਇਦਾ ਨਾਲ ਜਿਹੜੀ ਜ਼ਿਆਦਾ ਬਾਰਿਸ਼ ਹੈ, ਜ਼ਿਆਦਾ ਦਾ ਤਾਂ ਨੁਕਸਾਨ ਹੀ ਹੈ, ਬਾਕੀ ਇਹਦੀ ਕੁਦਰਤ ਮੂਹਰੇ ਕੀ ਜ਼ੋਰ ਹੈ ਕਿਸੇ ਦਾ। ਸਹੀ ਗੱਲ ਹੈ, ਠੀਕ ਹੈ ਨੀ। ਵੈਸੇ ਹੁਣ ਸੁਣਦੇ ਰਹਿੰਦੇ ਹਾਂ ਵੀ ਹੜ੍ਹਾਂ ਦਾ ਵੀ ਜ਼ਿਆਦਾ ਪ੍ਰਭਾਵ ਹੋ ਰਿਹਾ ਹੈ, ਕਾਫੀ ਪਿੱਛੋਂ ਪਾਣੀ ਆ ਰਿਹਾ ਆਪਣੀ ਜਿਹੜੀ ਘੱਗਰ ਹੈ ਜੀ, ਚੰਦਪੁਰਾ ਨਹਿਰ ਅਤੇ ਘੱਗਰ ਆ ਗਈ, ਉਹ ਵੀ ਕਾਫੀ ਚੜ੍ਹ ਚੁੱਕੀ ਹੈ। ਇੱਧਰਲਾ ਏਰੀਆ ਸਰਦੂਲਗੜ੍ਹ ਕਣੀ ਕਹਿੰਦੇ ਜਿਹੜੀ ਘੱਗਰ ਉਹਦੇ ਨਾਲ ਡਫ ਲੱਗ ਗਈ ਪੁਲ ਨਾਲ। ਉਹ ਤਾਂ ਹੁਣ ਪਤਾ ਹੀ ਹੈ ਸਾਰੇ ਵੀ, ਬਾਹਰ ਜਿਹੜੇ ਪਹਾੜਾਂ 'ਚ ਬਾਰਿਸ਼ ਉਹ ਤਾਂ ਸਾਰਿਆਂ ਨੂੰ ਪਤਾ, ਆਪਾਂ ਨੂੰ ਭਾਵੇਂ ਜਦੋਂ ਐਡੇ ਐਡੇ ਪਹਾੜ ਐਂ ਖਿਸਕਰੇ ਨੇ ਸਾਰੀ ਗਰਕ ਹੋਈ ਜਾਂਦੇ ਨੇ। ਬਾਕੀ ਜਿਹੜੇ ਹੁਣ ਲੋਕ ਹਿਮਾਚਲ ਵੱਲ ਜਾ ਰਹੇ ਨੇ, ਕੋਈ ਕਿਵੇਂ ਜਾ ਰਿਹਾ ਵੀ? ਥੱਲੇ ਡਿੱਗੇ ਪਏ ਨੇ ਬਹੁਤ। ਥੱਲੇ ਨਾ ਚੱਕੀ ਤਾਂ ਤੋੜਦਾ ਦੇਗਾ ਹੀ। ਬਹੁਤ ਬਾਈ ਮਰੂਦ ਭਰੇ ਪਏ ਨੇ, ਦੇਖ ਸਕਦੇ ਹੋ ਮਰੂਦ, ਗੰਨੇ, ਜਾਮਣਾ, ਕੁਦਰਤ ਨਾਲ ਛੇੜਛਾੜ ਕਰਦੇ ਆ, ਇਹ ਕੁਦਰਤ ਦੀ ਸਾਰੀ ਗੱਲ ਬਾਤ ਹੈ, ਉਹ ਹਿਸਾਬ ਦਾ ਹੁਣ ਵਾਤਾਵਰਨ ਹੋ ਗਿਆ। ਸਹੀ ਗੱਲ ਹੈ, ਇਹ
ਰੱਬ ਜੋ ਕਰਦਾ ਠੀਕ ਕਰਦਾ ਪਰ ਬੰਦਾ ਗਲਤ ਕਰਦਾ। ਬੰਦੇ ਤੋਂ ਗਲਤ ਹੁੰਦਾ ਹੀ ਹੁੰਦਾ, ਬੰਦਾ ਚੰਗਾ ਕਰਦਾ ਹੀ ਨਹੀਂ ਹੈਗਾ। ਕਿਉਂ ਕਿਉਂ ਨਹੀਂ ਹੁੰਦਾ ਚੰਗਾ? ਮੈਂ ਬੈਠਾ, ਮੈਨੂੰ ਆਪਦੀ ਸੋਚ ਹੈ, ਤੇਰੀ ਸੋਚ ਨਹੀਂ ਹੈਗੀ। ਬਸ ਇੱਥੇ ਨੁਕਸਾਨ ਹੈ। ਜੇ ਮੈਂ ਸੋਚਾਂ ਵੀ ਜਗਸ਼ੀਰ ਸ਼ਰਮਾ ਦਾ ਨਾ ਨੁਕਸਾਨ ਹੋ ਜੇ, ਰਾਜੇ ਦਾ ਨਾ ਨੁਕਸਾਨ ਹੋ ਜੇ, ਮੇਰਾ ਚਾਹੇ ਹੋ ਜੇ, ਫਿਰ ਚੱਲਦੀ ਹੈ ਸ੍ਰਿਸ਼ਟੀ, ਫਿਰ ਹੁੰਦਾ ਸਕੂਨ ਮਿਲਦਾ। ਫਿਰ ਥੋੜਾ ਚਿਰ ਹੀ ਹੈ ਹਜੇ ਤਾਂ ਬੈਠੇ ਆ ਇਕੱਠੇ ਹੋਏ, ਤਾਂ ਇਹ ਇੱਕ ਦੂਜੇ ਨੂੰ ਐਂ ਮਾਰਨ ਲੱਗ ਜਾਣਗੇ 10 ਰੁਪਈਆਂ ਪਿੱਛੇ। ਇਹੋ ਜਿਹਾ ਭੈੜੇ ਹਾਲਾਤ ਹੋਣੇ, ਹਾਲਾਤ ਆ ਜਾਣੇ ਨੇ ਬਸ। ਪੈਸੇ ਦਾ ਸਮਾਂ ਸੁਭਾਅ ਬਣਿਆ ਵੀ ਪੈਸੇ ਦੀ, ਲੋਕ ਪੈਸੇ ਨੂੰ ਮੁੱਖ ਰੱਖਣ ਲੱਗ ਗਏ। ਅਸਲ ਪਤਾ ਜੀ ਕੀ ਹੈ ਯਾਰ, ਲੋਕ ਪੈ ਗਏ ਬਾਹਰਲੇ ਫੋਰਨ ਕੰਟਰੀਆਂ ਨੀ, ਬਾਹਰਲੀਆਂ ਸਟੇਟਾਂ ਨੂੰ ਆਪਦਾ ਜਿਹੜਾ ਸੱਭਿਆਚਾਰ ਸੀ ਉਹ ਭੁੱਲਦੇ ਆ, ਪਤੀ ਨੀ ਕਿਸੇ ਨੂੰ। ਹੁਣ ਉਹ ਤਾਂ ਉਹ ਲੋਕ ਤਾਂ ਭਾਈ ਸ਼ਾਹੀ ਲੋਕ ਨੇ, ਉਹ ਤਾਂ ਕਮਾਉਂਦੇ ਵੀ ਨੇ, ਉੱਥੇ ਤਾਂ ਕੋਈ ਬਿੱਲ ਹੀ ਨਹੀਂ ਰਹਿੰਦਾ। ਆਪਾਂ ਤਾਂ ਆ ਬੈਠੇ ਹਾਂ, ਲੈ ਆਪਣੇ ਲੈ ਲੈ, ਇੱਕ ਬੰਦਾ ਕਮਾਉਂਦਾ 10 ਬਿੱਲ ਖਾਂਦੇ ਨੇ। ਹਾਂ ਆਪਣੇ ਇੱਕ ਕਮਾਉਣ ਵਾਲਾ 10 ਖਾਣਾ, ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇੱਕ ਹੈ, ਖਾਣ ਵਾਲੇ 5 ਨੇ। ਬਾਹਰਲੀ ਕੰਟਰੀਆਂ ਦੀ ਰੀਸ ਤਾਂ ਕਰਦੇ ਆ, ਬਾਹਰਲੀ ਕੰਟਰੀਆਂ 'ਚ ਜਿੰਨੇ ਪਰਿਵਾਰ ਦੇ ਜੀ ਨੇ ਸਾਰੇ ਆਪੋ ਆਪਣੇ ਕੰਮਾਂ 'ਤੇ ਨੇ। ਕੋਈ ਸਵੇਰੇ ਜਾਂਦਾ, ਕੋਈ ਘੰਟੇ ਬਾਅਦ ਜਾਂਦਾ, ਕੋਈ 2 ਘੰਟੇ ਬਾਅਦ, ਸ਼ਿਫਟਾਂ ਨੇ ਅੱਡੋ ਸੱਟਣੇ ਜਿਹੜੀਆਂ। ਉਹ ਸਰਕਾਰਾਂ ਨੇ, ਉਹ ਸਰਕਾਰਾਂ ਦੀ ਨੀਤੀ ਵੀ ਚੰਗੀ ਹੈ। ਕਾਨੂੰਨ ਨੌਂ ਦੀ ਜਿਹੜੀਆਂ ਕੰਟਰੀਆਂ ਨੇ, ਉੱਥੇ ਕਾਨੂੰਨ ਨੌਂ ਦੀ ਕੋਈ ਚੀਜ਼ ਹੈ। ਆਪਣੇ ਤਾਂ ਯਾਰ ਆਪਾਂ ਦੂਏ ਪਾਸੇ ਲੈ ਕੇ ਗੱਲ ਕਰਦੇ ਕਰਦੇ, ਪਰ ਹੁਣ ਚੱਲਣ ਦੇ ਜਿਵੇਂ ਚੱਲਦਾ ਸਿਸਟਮ, ਅਸਲ ਤਾਂ ਆਪਣੇ ਦਾ ਧਰਮਾਂ ਨੇ, ਇੱਕ ਸਰਕਾਰਾਂ ਨੇ ਪੱਟੀ ਵੇਸ਼ ਕਰ ਰੱਖੀ ਹੈ। ਲੋਕ ਜਾਗਰਤ ਹੋ ਹੀ ਜਾਂਦੇ ਨੇ, ਹੋਣਗੇ ਖਰ ਟਾਈਮ ਨਾਲ, ਟਾਈਮ ਦੀ ਗੱਲ ਹੁੰਦੀ ਹੈ ਕੋਈ, ਪਰ ਹੋਣਾ ਚਾਹੀਦਾ ਜਾਗਰਤ ਤਾਂ। ਸੁਣ ਲਓ ਜੀ, ਹੁਣ ਆਪਣਾ ਜਿਹੜੀ ਕਿਸਾਨੀ ਕਿਸਾਨ ਵੀਰ ਨੇ ਦਿੱਲੀ ਬੈਠੇ ਨੇ, ਅੱਜ 8-9 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਦਿੱਲੀ ਬੈਠਿਆਂ ਨੂੰ। ਸਰਕਾਰਾਂ ਵੀ ਸੁਣਵਾਈ ਦਾ ਹੱਕ ਬਣਦਾ, ਚਲੋ ਮੀਟਿੰਗਾਂ ਹੋਈਆਂ ਨੇ, ਪਰ ਮੀਟਿੰਗਾਂ ਹੋਈਆਂ ਦਾ ਤਾਂ ਨਾ ਹੋਈਆਂ ਵਰਗੀਆਂ ਨੇ। ਯਾਰ ਮੈਂ ਇਹ ਗੱਲ ਤੇ ਮੈਂ ਗੱਲ ਸਾਂਝੀ ਕਰਦਾ ਤੁਹਾਡੇ ਨਾਲ, ਬਾਕੀ ਇਹ ਸੁਣਨਗੇ ਜਿਹੜਾ ਕੋਈ ਸੁਣਨ ਵਾਲਾ ਵੀਰ ਭਾਈ ਭੈਣ, ਜੇ ਕੋਈ ਜਾਊਗਾ ਹਾਂ ਗੱਲ, ਵੈਸੇ ਆਪਾਂ ਕਰ ਰਹੇ ਹਾਂ ਆਪਸ ਨੇ, ਮੈਂ ਤੈਨੂੰ ਪਹਿਲਾਂ ਵੀ ਦੱਸੀ ਦੀ ਵੀ, ਜੇ ਪਿੰਡਾਂ ਵਿੱਚ ਹੁਣ ਜਿਵੇਂ ਵੋਟਾਂ ਆਉਣਗੀਆਂ, ਜੇ ਪਿੰਡਾਂ ਦੇ ਵਿੱਚ ਨੌਜਵਾਨ 18 ਤੋਂ ਲੱਗ ਕੇ 50 ਤੱਕ, ਕੋਈ ਉਮਰ ਹੱਦ ਰੱਖ ਲਿਓ, ਤੈਅ ਹੋ ਕੇ ਜਿਵੇਂ ਗੱਲ ਕੋਈ ਵੀ ਨੌਜਵਾਨ ਇੱਕ ਪਾਰਟੀ ਵਜੋਂ, ਜਿਵੇਂ ਆਪਣਾ ਪਿੰਡੇ ਲਾ ਲੈ 10-20 ਵੀ ਨੌਂ ਲਿਖਿਓ ਭਾਈ ਸਰ, ਇਹ ਤਾਂ ਕਹਿ ਰੱਖਿਆ ਉਹਨਾਂ ਨੇ ਅੱਗੋਂ ਨੇ। ਹਾਂ ਪਰ ਆਪਣੇ ਕਰਦੇ ਕੋਈ ਨਹੀਂ, ਕਹਿ ਰੱਖਿਆ ਨਹੀਂ, ਇਕੱਠੇ ਹੋ ਕੇ ਪੁੱਛ ਸਕਦੇ ਹੋ, ਸਵਾਲ ਪੁੱਛੋ, ਜਮਾ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ, ਕਿਸੇ ਨਾਲ ਵਿਰੋਧ ਨਹੀਂ ਕਰਨਾ ਕਿਸੇ ਲੀਡਰ, ਵੀ ਸਵਾਲ ਪੁੱਛੋ ਵੀ ਮੇਰੇ ਪਿੰਡ ਦਾ ਕੰਮ ਹੋਇਆ ਬਈ। ਹਰ ਇੱਕ ਬੰਦੇ ਨੇ ਅਧਿਕਾਰ ਕਹਿ ਕੇ ਵੀ 21 ਮੈਂਬਰੀ ਕਮੇਟੀ, 16 ਮੈਂਬਰੀ ਕਮੇਟੀ, ਜਿਹਨੇ ਛੋਟੇ ਪਿੰਡ ਦੇ ਸੂਚਨ ਨਹੀਂ, ਲੀਡਰਾਂ ਦੇ ਥਰੂ ਨਾ ਹੋਵੇ ਉਹ, ਨਹੀਂ ਕਿਸਾਨੀ ਦੇ ਥਰੂ ਨਾ ਹੋਵੇ, ਲੋਕਲ ਮਤਲਬ ਤੇ ਹੋਵੇ, ਲੋਕਲ ਜਿਹੜੀ ਲੋਕਲ, ਉਹ ਕਿਸੇ ਦੇ ਥਰੂ ਨਾ ਹੋਵੇ, ਨੌਜਵਾਨ ਆਪ ਚੱਲਣਾ, ਜਿਵੇਂ ਭਗਤ ਸਿੰਘ ਉਹਨਾਂ ਦੀ ਰੀਸ ਤਾਂ ਕੀ ਕਰ ਸਕਦਾ, ਪਰ ਜਿਹੜੇ ਉਹਨਾਂ ਦੇ
ਕਪੂਰ ਨੇ ਛੱਡ ਕੇ ਨੇ ਉਹਨਾਂ ਦੀ ਚੱਲ ਸਕਦਾ ਬੰਦਾ ਉਹਨਾਂ ਦੀ ਸੋਚ ਨੂੰ ਲੈ ਕੇ ਜਿਵੇਂ ਉਹਨਾਂ ਨੇ ਸੋਹਾਂ ਖਾਧੀਆਂ ਸੀ ਇਸ ਲੋਟ ਸੋਹਾਂ ਖਾਧੀਆਂ ਜਾਣ ਨੌਜਵਾਨ ਇਕੱਠੇ ਹੋ ਕੇ ਵੀ ਕੁਛ ਵੀ ਹੈ ਵੋਟ ਪਾਉਣੀ ਹੈ ਦੇਖੋ ਵੋਟ ਦਾ ਅਧਿਕਾਰ ਹੈ ਸਭ ਨੂੰ ਵੋਟ ਪਾਵਾਂਗੇ ਪਰ ਉਹ ਤੋਂ ਲਿਆ ਜਾਵੇ ਵੀ ਜੇ ਕੋਈ ਗਲਤ ਚੱਲੇਗਾ ਆਹ ਸਾਡੇ ਪੁਆਇੰਟਾਂ ਤੋਂ ਗਲਤ ਚੱਲੇਗਾ ਤਾਂ ਤੇਥੋਂ ਹਿਸਾਬ ਕਿਤਾਬ ਲਿਆ ਜਾਊਗਾ ਠੀਕ ਹੈ ਪਿੰਡ ਚ ਕੋਈ ਰੌਲਾ ਹੈ ਕੋਈ ਗੱਲਬਾਤ ਉਹ ਜਾ ਕੇ ਖੜਨ ਦਾ ਕੋਈ ਸਾਂਝਾ ਕੰਮ ਹੈ ਕਿਤੇ ਵੀ ਜਾ ਕੇ ਉਹ ਖੜਨਾ ਜੇ ਇਸ ਲੋਟ ਨੌਜਵਾਨ ਸਾਰੇ ਪਿੰਡਾਂ ਚ ਆਪਣੇ ਐ ਚੱਲ ਪੈਣਾ ਮੈਂ ਕਹਿੰਦਾ ਵੀ ਲੀਡਰਾਂ ਦੀ ਬਹੁਤ ਸੋਹਣਾ ਲਾਲ ਲਾਲ ਮਰੂਦ ਹੈ ਦੇਖਿਓ ਹੁਣ ਬਹੁਤ ਵਧੀਆ ਮਰੂਦ ਵਾਹ ਜੀ ਆਪਣੇ ਸ਼ਰਮਾ ਜੀ ਵੱਲੋਂ ਅਮਰੂਦ ਦਿਖਿਆ ਯਾਰ ਅਤੇ ਕਾਫੀ ਅਮਰੂਦ ਉਤਰਦੇ ਨੇ ਬਾਈ 10 ਕਿਲੋ ਵਾਂਗੂ ਰੋਜ਼ ਅਮਰੂਦ ਲਈ ਆਉਂਦੇ ਹਾਂ ਖਾਂਦੇ ਵੀ ਹਾਂ ਖਵਾਉਂਦੇ ਵੀ ਹਾਂ ਅਤੇ ਹਰੀ ਸੇਵਾ ਹੈ ਬਾਈ 2 ਦਿਨ ਸਾਡੇ ਖੇਤ 'ਚ ਅਮਰੂਦ ਲੱਗੇ ਹੋਏ ਨੇ ਜੇ ਕਿਸੇ ਵੀਰ ਨੇ ਖਾਣੇ ਹੋਣ ਤਾਂ ਜੀ ਆਇਆ ਚਲੋ ਸਵਾਲ ਤਾਂ ਪੁੱਛ ਸਕਦੇ ਵੀ ਆਪਣੇ ਪਿੰਡ ਖਾਤਰ ਚੱਲ ਕਿਸੇ ਵਾਸਤੇ ਨਹੀਂ ਆਪੋ ਆਪਦੇ ਪਿੰਡਾਂ 'ਚ ਹੋ ਜਾਣਾ ਪੁੱਛ ਸਕਦੇ ਨੇ ਵੀ ਸਾਡੇ ਪਿੰਡ ਵਾਸਤੇ ਕੀ ਕਰਿਆ ਜੀ ਕੀ ਸਾਨੂੰ ਦੇਣਾ ਜਿਵੇਂ ਬਲਾਕ ਲੈਵਲ 'ਤੇ ਯਾਰ ਹੁਣ ਆਪਣੇ ਪਿੰਡ 10-10 ਬਣ ਗਏ ਲਾ ਲੈ ਜੇ 10-10 ਵੀ ਪਿੰਡ 'ਚ ਬਣਦੇ ਨੇ ਘੇਰ ਸਕਦੇ ਨੇ ਉਹ ਸਵਾਲ ਪੁੱਛ ਹਰ ਇੱਕ ਤੇ ਪੁਆਇੰਟ ਤੇ ਲੈ ਸਕਦੇ ਨੇ ਜੀ ਵਿਚਾਰ ਹੈ ਵਿਚਾਰ ਤਾਂ ਆਪਾਂ ਕਿਸੇ ਵੀ ਪ੍ਰਕਾਰ ਦੀ ਕਰ ਸਕਦੇ ਹਾਂ ਆਪਣੇ 5ਵੀਂ ਤੱਕ ਦਾ ਸਕੂਲ ਹੈ ਜੀ 5ਵੀਂ ਤੋਂ ਬਾਅਦ 6ਵੀਂ ਸਕੂਲ ਦਾ ਆਪਾਂ ਨੂੰ ਕੂਲਰੀਏ ਬਰੇਟੇ ਕਿਤੇ ਵੀ ਜਾਣਾ ਪੈਂਦਾ ਜਿਹੜੇ ਛੋਟੇ ਬੱਚੇ ਨੇ ਅੱਗੇ ਤਾਂ ਘੱਟੋ ਘੱਟ 15-16 ਸਾਲ ਦੀ ਉਮਰ ਦੇ ਵਿੱਚ ਬੰਦਾ 5ਵੀਂ 'ਚ ਹੁੰਦਾ ਤੁਰ ਕੇ ਸਕੂਲ 'ਚ ਪਾ ਗਿਆ ਜਿਹੜੇ ਹੁਣ ਬੱਚੇ ਨੇ ਸਾਰਿਆਂ ਨੂੰ ਵੱਧ ਪਹਿਲੀ ਗੱਲ ਤਾਂ ਕੁੜੀਆਂ ਨੇ ਛੋਟੀਆਂ ਬੱਚੀਆਂ ਨੇ ਤੁਰ ਕੇ ਜਾ ਰਹੀਆਂ ਨੇ ਸਕੂਲ ਐਡੇ ਐਡੇ ਬੈਗ ਦੇਖੋ ਹੁਣ ਤਾਂ 2 ਸਾਲ ਹੋ ਗਏ ਸਕੂਲ ਉਈ ਬੰਦ ਨੇ ਫਿਰ ਉਹੀ ਗੱਲ ਤਾਂ ਆ ਗਈ ਨਾ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਕੋਈ ਧਾਰਮਿਕ ਹੈ ਕੋਈ ਬਾਹਰੋਂ ਕੋਈ ਗਿਆਨੀ ਆਉਂਦਾ ਜਾਂ ਸਕੂਲ ਦਾ ਕੰਮ ਕੋਈ ਵੀ ਹੈ ਯਾਰ ਜੇ ਨੌਜਵਾਨ ਇਹ ਖੜੇ ਹੋਣ ਫਿਰ ਮੈਜੋਰਟੀ ਹੋਵੇ ਇਹਨਾਂ ਕੋਲ ਮੈਜੋਰਟੀ ਤਾਂ ਬਣੂਗੀ ਬਣੂਗੀ ਜਦੋਂ ਖੜੇ ਹੋ ਗਏ ਜਾਗਰਤ ਹੋਏ ਨੇ ਇੱਕ ਪਾਰਟੀ ਬਣਾਉਣ ਆਪਦੀ ਵੱਖਰੀ ਪਾਰਟੀ ਹੋਵੇ ਨਾ ਕਿਸਾਨ ਨਾ ਉਹ ਕਿਸੇ ਲੀਡਰ ਨਾਲ ਨਾ ਹੋਰ ਕਿਸੇ ਧੀ ਭੈਣ ਦਾ ਮਸਲਾ ਕਿਸੇ ਦਾ ਕੋਈ ਵੀ ਕਿਸੇ ਰਾਹ ਦਾ ਮਸਲਾ ਹੈ ਸੁਹਾਂ ਖਾਧੇ ਹੁਣ ਭਗਤ ਸਿੰਘ ਉਹ ਜਾ ਕੇ ਖੜਨਾ ਸਮਝਾਉਣ ਪਿਆਰ ਨਾਲ ਕਰਨ ਨਹੀਂ ਫਿਰ ਦੂਏ ਲੋਟ ਕਰਨ ਲੀਡਰਾਂ ਨਾਲ ਮਿਲ ਕੇ ਕਰਨ ਕੁਛ ਵੀ ਕਰਨ ਮੈਂ ਤਾਂ ਕਹਿੰਦਾ ਵੀ ਹੋ ਸਕਦਾ ਸੁਧਾਰ ਹੋਵੇ ਕਈ ਪਿੰਡਾਂ 'ਚ ਹੈਗੀਆਂ ਨੇ ਬਹੁਤ ਵਧੀਆ ਦੇਖੋ ਪੰਚਾਇਤਾਂ ਬਹੁਤ ਵਧੀਆ ਨੇ ਹਰ ਇੱਕ ਥਾਵੇਂ ਜੋ ਕਿ ਬਹੁਤ ਵਧੀਆ ਸੁਣਵਾਈ ਕਰਦੀਆਂ ਨੇ ਸੁਣਦੀਆਂ ਨੇ ਰੌਲੇ ਨੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਨਿਬੇੜੇ ਜਾਂਦੇ ਨੇ ਹੈਂ ਆਖਰ ਕੁਝ ਰੌਲੇ ਇਹੋ ਜਿਹੇ ਨੇ ਚਲੋ ਜਿਹੜੇ ਨਹੀਂ ਕਿਸੇ ਦੇ ਬਚ ਰਹਿੰਦੇ ਉਹ ਅੱਗੇ ਵੀ ਚਲੇ ਜਾਂਦੇ ਨੇ ਪਰ ਇਹ ਹੋਣਾ ਪਊਗਾ ਇਹ ਹੋਣਾ ਪਊਗਾ ਜੇ ਕਹਾਂਗੇ ਵੀ ਆਪਾਂ ਚੱਲ ਅਸੀਂ ਘਰੇ ਬੈਠੇ ਸਰਕਾਰ ਬਦਲ ਦਿਓ ਸਰਕਾਰ ਤਾਂ ਬਣ ਕੇ ਜਿਹੜਾ ਜਿਹਦੇ ਕੋਲੇ 13 ਪਾਵਰ ਆ ਗਈ ਉਹ ਤਾਂ ਉਲਟ ਨਜਾਇਜ਼ ਫਿਰ ਨਹੀਂ ਸਰਕਾਰ ਤਾਂ ਜੀ ਦੇਖੋ ਬਣਨੀ ਹੈ ਸਰਕਾਰ ਜਾਂ ਕਹਿੰਦੀ ਹੁਣ ਘਰੇ ਬੈਠੇ ਜਾਂ ਘਰੇ ਬੈਠੇ ਕਹਿੰਦੀ ਵੀ ਆਪਾਂ ਕੀ ਲੈਣਾ ਯਾਰ ਆਪਾਂ ਕਿੱਥੇ ਜੇ ਬੰਦਾ ਤੁਰੂਗਾ ਕਰਾਂਗੇ ਨਾਲ ਜੁੜਾਂਗੇ ਬੁਲਾਵਾਂਗੇ ਦੱਸਾਂਗੇ ਵੀ ਮੇਰੇ ਮਨ ਦੀ ਆ ਤੇਰੇ ਮਨ ਦੀ ਆ ਫੇਰ ਹੀ ਨਿਕਲੂ ਗਿਲੋ ਵਿੱਚ ਰਾਹ ਮਿਲੂਗਾ ਫੇਰ ਹੀ ਚੱਲੂ ਨਾ ਹੁੰਦਾ ਕਈ ਵਾਰੀ ਜੱਗੀ ਕਹਿੰਦਾ ਮੈਂ ਕੀ ਲੈਣਾ ਘੱਟ ਹੀ ਆਪਣੇ ਚਾਹੀਦੇ ਲੋਕ ਜਾਗਰਤ ਬਹੁਤ ਨੇ ਨੌਜਵਾਨ ਚਾਹੁੰਦੇ ਵੀ ਨੇ
ਪਰ ਸਿਸਟਮ ਇਹੋ ਜਿਹਾ ਬਣਾਇਆ ਹੋਇਆ ਆਪਾਂ ਨੇ ਬਾਬਿਆਂ ਦਾ ਕੀ ਹੋਰ ਕੀ ਇਹੋ ਜਿਹਾ ਥੋਪਿਆ ਹੋਇਆ ਤੇਰਾ ਮਾਂ ਪਿਓ ਕੋਈ ਨਾ ਪੁੱਤ ਟੈਂਕੀ ਲੈਣਾ ਹੈ ਨਾ ਵਿਰੁੱਧ ਨਾ ਬੋਲੀ ਕੋਈ ਭੈਣ ਭਾਈ ਮੇਰਾ ਮੈਨੂੰ ਘੇਰੂਗਾ ਨਾ ਉੱਥੇ ਫਿਰ ਮਜ਼ਬੂਰੀ ਬਣ ਜਾਂਦੀ ਹੈ ਜਿਹੜੀਆਂ ਤੋਂ ਉੱਪਰ ਉੱਠ ਕੇ ਚੱਲਣਾ ਪਊਗਾ ਜਿਹੜੀਆਂ ਬੰਦੇ ਦੇ ਮਨ ਦੀਆਂ ਨੇ ਉਹ ਮੰਚ ਹੀ ਰਹਿ ਜਾਂਦੀਆਂ ਮੰਚੇ ਰਹਿ ਜਾਂਦੀਆਂ ਨੇ ਇਹਨਾਂ ਤੋਂ ਉੱਪਰ ਸਾਰੀਆਂ ਨੂੰ ਢਾਹ ਕੇ ਚੱਲਣਾ ਪਊ ਵੀ ਆਪਾਂ ਦੇਸ਼ ਦੀ ਖਾਤਰ ਆਪਣੇ ਦੇਸ਼ ਦੇ ਜਿਹੜੇ ਵਸਿੰਦੇ ਨੇ ਉਹਨਾਂ ਦੀ ਖਾਤਰ ਕੁਛ ਕਰਨਾ ਕੀ ਹੋ ਗਿਆ ਅਗਲਾ ਕਹਿੰਦਾ ਭਾਈ ਜਿਹੜਾ ਚੰਗਾ ਸੂਰਮਾ ਮੇਰੇ ਨਾ ਜੰਮੇ ਗਵਾਂਢੀ ਦੇ ਮਰੇ ਵੀ ਕਮਾ ਮਰ ਵੀ ਕਿਸੇ ਦਾ ਜਾਵੇ ਨੋ ਮੇਰਾ ਪੈ ਜੇ ਇਹ ਸਿਸਟਮ ਹੋ ਰਿਹਾ ਇਹ ਸੋਚ ਬਦਲਣੀ ਪਊਗੀ ਵੀ ਮੇਰਾ ਨੁਕਸਾਨ ਹੋ ਜੇ ਗਵਾਂਢੀ ਦਾ ਫਾਇਦਾ ਹੋਣਾ ਚਾਹੀਦਾ ਫਿਰ ਹੱਲ ਹੋ ਸਕਦਾ ਕਿਸੇ ਦਾ ਕੁਛ ਬਣਾਉਣ ਖਾਤਰ ਦੁਨੀਆਂ ਨੂੰ ਕੁਛ ਚੰਗਾ ਸੇਧ ਦੇਣ ਖਾਤਰ ਜ਼ਿੰਦਗੀ ਦਾ ਤੇ ਲਾਉਣੀ ਪੈਗੀ ਨਹੀਂ ਯਾਰ ਹੁਣ ਦੇਖੋ ਫਿਰ ਮਸਾਲਾ ਦੇਣ ਤਾਂ ਲੋੜ ਨਹੀਂ ਗੁਰੂ ਗੋਬਿੰਦ ਸਿੰਘ ਨੇ ਐਂ ਕਰਤਾ ਜੀ ਗੁਰੂ ਨਾਨਕ ਨੇ ਐਂ ਫਿਰਦੇ ਸੀ ਜੀ ਫਲਾਨਾ ਐਂ ਹੋਗਾ ਜੀ ਧਿਮਕਾ ਐਂ ਹੋਗਾ ਜੀ ਫਿਰ ਉਹ ਤਾਂ ਉਹ ਹਵਾ 'ਚ ਬਾਤਾਂ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਇਹ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਸੁਣਦੇ ਨੇ ਜੇ ਕਿਤੇ ਸੁਣਨ ਵੀ ਉੱਠੋ ਜਾਗ ਮੌਕਾ ਹੁਣ ਆਪਣਾ ਸਾਥ ਵੀ ਮਿਲਦਾ ਹੁਣ ਅੱਜ ਜਥੇਬੰਦੀਆਂ ਦੇ ਸਾਥ ਮਿਲਦਾ ਅੱਜ ਮੌਕਾ ਹੈ ਸਾਥ ਦੀ ਲੋੜ ਹੈ ਸਾਥ ਮਿਲਦਾ ਦੀ ਤੂੰ ਲੈ ਹਰਿਆਣੇ ਚ ਲੈ ਲੈ ਫਿਰ ਦੂਜੇ ਨੂੰ ਪੰਜਾਬ ਚ ਪਹਿਲਾਂ ਪੰਜਾਬ ਨਾ ਮੂਰੀ ਤੇ ਆਪਣਾ ਹੁਣ ਹਰਿਆਣਾ ਮੂਰੀ ਆ ਰਿਹਾ ਸਾਥ ਮਿਲਦਾ ਲੈ ਕਿਤੇ ਮਰਜੀ ਕੋਈ ਜੀ ਤੋਂ ਸਵਾਲ ਪੁੱਛਦੇ ਨੇ ਤੂੰ ਵੀ ਭਾਈ ਛੱਡਾ ਆ ਮਸਲਾ ਲੈ ਕਿਉਂ ਨਹੀਂ ਹੋਇਆ ਜੇ ਹਰਿਆਣੇ ਨੇ ਅੱਜ ਸਾਥ ਦਿੱਤਾ ਸੀ ਤਾਂ ਅੱਜ ਲਾ ਲਓ ਵੀ ਦਿੱਲੀ ਦੇ ਬਾਰਡਰ ਤੇ ਜਾਏ ਬੈਠੇ ਨੇ ਸਹਿਯੋਗ ਦਿੱਤਾ ਸੀ ਕਿ ਸਾਡਾ ਪੁੱਤ ਜੀ ਨੇ ਮੈਂ ਤਾਂ ਇਹ ਸਮਝਦਾ ਵੀ ਪੜ੍ਹੇ ਲਿਖੇ ਨੌਜਵਾਨ ਜੀ ਉੱਠਣ ਯਾਰ ਦੇਸ਼ ਸੁਖਾਲ ਦੂਰ ਹੀ ਨਹੀਂ ਮੰਜ਼ਿਲ ਪਾ ਸਕਦੇ ਨੇ ਯਾਰ ਪਾ ਸਕਦੇ ਪਹਿਲਾਂ ਵੀ ਹੋਏ ਨਹੀਂ ਮਾੜੀ ਹਿੰਮਤ ਦੀ ਲੋੜ ਹੈ ਚਲੋ ਜੋ ਵੀ ਚੱਲ ਰਹੇ ਨੇ ਉਹਨਾਂ ਨੂੰ ਵੀ ਹਿੰਮਤ ਦੀ ਲੋੜ ਹੈ ਜੇ ਕੋਈ ਚੱਲ ਰਿਹਾ ਹੈ ਜਿੱਥੇ ਬੰਦਾ ਹੋਰ ਹੈ ਸਹਿਯੋਗ ਦੇ ਦੋ ਉਹਨਾਂ ਸਹਿਯੋਗ ਦੀ ਲੋੜ ਹੈ ਇਹਨਾਂ ਆਪਣੀ ਵੀ ਮੂਰੀ ਆਪਾਂ ਥੱਲੇ ਤੱਕ ਲੱਗੇ ਹੋਏ ਨੇ ਦੇਖ ਦਿਖਾਉਂਦੇ ਅਮਰੂਦ ਦੀ ਜੜ ਤੱਕ ਅਮਰੂਦ ਪੂਰੇ ਥੱਲੋਂ ਲੈ ਕੇ ਉੱਪਰ ਤੱਕ ਅਮਰੂਦ ਲੱਗੇ ਹੋਏ ਨੇ ਦੇਖ ਸਕਦੇ ਹੋ ਅਮਰੂਦ ਹਾਂ ਇਹ ਤਾਂ ਆਪਦੇ ਆਪ ਹੀ ਡਿੱਗਦੇ ਨੇ ਜੀ ਦੇਖ ਸਕਦੇ ਹੋ ਬਾਈ ਅਮਰੂਦ ਰੰਗਲ ਮੰਗਲ ਕਰਿਆ ਪਿਆ ਵੀਰੋ ਰੰਗਲ ਮੰਗਲ ਦੇਖ ਸਕਦੇ ਹੋ ਇਹ ਆਪਣਾ ਗੰਨੇ ਨੇ ਗੰਨੇ ਜੋ ਕਿ ਸ਼ੂਗਰ ਵਾਲੇ ਨੂੰ ਬਹੁਤ ਕਹਿੰਦੇ ਲਾਭਦਾਇਕ ਹੁੰਦੇ ਨੇ ਜੀ ਇਹਦਾ ਰਸ ਰੂਸ ਵਗੈਰਾ ਚੂਪਿਆ ਜਾਵੇ ਇਹ ਦੁਸਹਿਰੇ ਨੂੰ ਦੇਖਾਂਗੇ ਝੱਟ ਇਹਨਾਂ ਨਾਲ ਦੁਸਹਿਰੇ ਨੂੰ ਜਗਸੀਰ ਇਹ ਤੇ ਇਹ ਨਹੀਂ ਵੀ ਆਪਾਂ ਕਿਸਾਨ ਨੂੰ ਲੈ ਕੇ ਚੱਲਣਾ ਜਾਂ ਆਪਾਂ ਉਹ ਫਲਾਨੇ ਨੂੰ ਲੈ ਕੇ ਚੱਲਣਾ ਨਾ ਇਹਦਾ ਨਰੋਲ ਹੋਵੇ ਕਿਸੇ ਦੀ ਮਤਾਜੀ ਨਾ ਹੋਵੇ ਜੇ ਭਗਤ ਸਿੰਘ ਹੋਰੇ ਚੱਲੇ ਦੀ ਮਹਾਤਮਾ ਗਾਂਧੀ ਠੰਡੇ ਚੱਲਦਾ ਦੀ ਐਂ ਨਹੀਂ ਕਰਨਾ ਐਂ ਨਹੀਂ ਕਰਨਾ ਉਹ ਕਹਿੰਦੇ ਤੂੰ ਆਪਦੇ ਕੋਲ ਰੱਖੋ ਫਿਰ ਦੇਖ ਲੈ ਉਹਨੂੰ ਕਈ ਸਾਲ ਹੋ ਗਏ ਸੀ ਉਹਨਾਂ ਨੇ ਲਾ ਲਿਆ ਤੂੰ 6 ਮਹੀਨੇ 'ਚ ਹੀ ਕਰਦਾ ਕੰਮ ਵੀ ਇਸ ਤਰ੍ਹਾਂ ਨੌਜਵਾਨ ਉੱਠਣ ਪੜ੍ਹੇ ਲਿਖੇ ਸੋਚ ਸਮਝ ਵਾਲੇ ਸੂਝਵਾਨ ਹੋਣਾ ਸੂਝਵਾਨ ਆ
ਜਿਹਨਾਂ ਨੂੰ ਕਾਨੂੰਨਾਂ ਬਾਰੇ ਵੀ ਪਤਾ ਹੋਵੇ, ਜਾਣਕਾਰੀ ਵੀ ਹੋਵੇ, ਕਾਨੂੰਨਾਂ ਬਾਰੇ ਵੀ ਪਤਾ ਹੋਵੇ, ਕਾਨੂੰਨ ਚ ਰਹਿ ਕੇ ਗੱਲ ਕਰਨ, ਪੜ੍ਹਿਆ ਲਿਖਿਆ ਇਨਸਾਨ ਮਾੜਾ ਜਾਣਕਾਰੀ ਵੀ ਹੋਵੇ ਨਾ, ਬੰਦਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕਰਨੀ ਹੁੰਦੀ ਹੈ ਜਿਹੜਾ ਹੋਵੇ, ਬਾਕੀ ਕਾਨੂੰਨ ਦੇ ਦਾਇਰੇ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੋਈ ਨਾ ਚੀਜ਼ ਵਿਰੋਧ ਕਰ, ਹਰਿਕ ਦਾ ਹੱਕ ਬਣਦਾ, ਹਰਿਕ ਦਾ ਪ੍ਰਦਾ ਇਹ ਜ਼ਰੂਰੀ, ਜਿਵੇਂ ਮਹਾਤੜ ਵਰਗੇ ਨੇ ਇਹ ਵੀ ਸਾਥ ਦੇਣ ਨੂੰ ਤਿਆਰ ਨੇ, ਜੇ ਸੁਣਦੇ ਮੇਰੇ ਵੀਰ ਭਾਈ ਕੋਈ ਚਾਹੁੰਦੇ ਨੇ ਕਰਨੀ ਜਾਂ ਹੋਰ ਕਮੈਂਟ ਕਰਨ, ਫੋਨ ਨੰਬਰ 'ਤੇ ਸੰਪਰਕ ਕਰਨ, ਜਿਵੇਂ ਕਹਿਣਗੇ ਨਾਲ ਸਹਿਯੋਗ ਜਿਹੇ ਜਿਹਾ ਮੰਗਣਗੇ ਦੇਣ ਨੂੰ ਤਿਆਰ ਹਾਂ, ਪਰ ਕਰੋ, ਮੇਰਾ ਹੱਥ ਬੰਨ੍ਹ ਕੇ ਬੇਨਤੀ ਕਰਨਾ ਵੀ ਇਹ ਜ਼ਰੂਰ ਨੌਜਵਾਨਾਂ ਨੂੰ ਉੱਠਣਾ ਚਾਹੀਦਾ, ਮੌਕਾ ਹੈ ਜੇ ਦੇਸ਼ ਦਾ ਕੁਛ ਕਰਨਾ, ਜੇ ਹੁਣ ਉੱਠੇ ਬਸ ਇਹ ਕਰਨਾ, ਕਿਉਂ ਇਹਦੇ ਨਾਲ ਕਿਸਾਨ ਨੇ ਤਾਂ ਆਪਣੇ ਨੇ, ਆਪਾਂ ਕਿਸਾਨ ਦੀ ਬੇਟੇ ਸਾਰੇ ਸਾਰੇ ਹੋਰ, ਅੱਛਾ ਹੁਣ ਇਸ ਪੱਧਰ 'ਤੇ ਪੂਰਾ ਆਪਣਾ ਜਿਹੜਾ ਕਿਸਾਨੀ ਹੈ ਐਨ ਇੱਕ ਨੰਬਰ 'ਤੇ ਜਾ ਰਹੀ ਹੈ ਆਪਣਾ ਸੰਘਰਸ਼ ਹੈ ਜੀ, ਠੀਕ ਹੈ ਦੁਨੀਆਂ 'ਚ, ਹੁਣ ਇਹਦੇ ਨਾਲ ਜੇ ਨੌਜਵਾਨ ਉੱਠ ਖੜੇ, ਲੀਡਰਾਂ ਦੀ ਕੀ ਤਾਕਤ ਹੈ ਯਾਰ, ਮੈਂ ਤਾਂ ਸਮਝਦਾ ਨਹੀਂ ਕੋਈ ਪਾਵਰ ਨਹੀਂ ਲੀਡਰਾਂ ਦੀ, ਲੀਡਰ ਦੀ ਪਾਵਰ ਆਪਣੇ ਨਾਲ ਹੈ, ਆਪਣੇ ਨਾਲ ਆਪਣੇ ਨਾਲ ਪਾਵਰ, ਲੀਡਰ ਦੀ ਪਾਵਰ ਹੀ ਆਪਣੇ ਨਾਲ, ਜਦੋਂ ਉਹਦਾ ਥਰ ਥਰ ਕੰਬਣਗੇ ਜਦੋਂ ਪਤਾ ਲੱਗ ਗਿਆ ਵੀ ਨੌਜਵਾਨ ਉੱਠ ਖੜੇ ਨਾ, ਉਹ ਇਹਨਾਂ ਦੀ ਕੀ ਤਾਕਤ ਹੈ ਯਾਰ, ਉਹ ਤਾਂ ਬਾਈ ਬਾਈ ਕਹਿਣਗੇ ਅੱਗੇ ਅੱਗੇ, ਫਿਰ ਨਾ ਜਦੋਂ ਉੱਠਦੇ ਰਹੋ ਕਰੋ, ਜਿਵੇਂ ਉੱਠੇ ਜਾਓ ਉਹਨੇ ਉੱਠੇ, ਹਾਂ ਜਿੰਨੀ ਲੋੜ ਹੈ ਸੰਘਰਸ਼ ਮੇਰੀ ਦਿਲ ਦੀ ਗੱਲ ਉਹੀ ਹੈ ਯਾਰ, ਸਾਰੇ ਜਿਹੜਾ ਹੁਣ ਸਾਥ ਮਿਲਿਆ, ਲੋਕ ਗਏ ਨੇ ਹੁਣ ਤੱਕ ਜੁੜੇ ਬੈਠੇ ਨੇ, ਨੌਜਵਾਨ ਹੁਣ ਵੀ ਬੈਠੇ ਨੇ ਪਿੰਡਾਂ ਦੇ ਵਿੱਚ, ਦੇਖ ਸਕਦੇ ਹੋ ਤੁਸੀਂ ਵੀਰਾਂ ਆਪਣੇ ਦੋ ਤਿੰਨ ਕਿੱਲੇ ਇੱਧਰ ਨਰਮੇ ਦੀ ਵੀ ਨੇ, ਪੂਰੀ ਬਾਗਬਾਨੀ ਹੈ, ਉਹ ਆਪਣੀ ਸਾਹਮਣੇ ਮੋਟਰ ਹੈ ਬਾਈ, ਅਤੇ ਆਪਣੇ ਗਿੱਲ ਜੀ ਆਪਣੇ ਖੇਤ 'ਚ ਚਲੇ ਗਏ ਨੱਕੇ ਨੁੱਕੇ ਮੋੜਨਾ, ਥੋੜਾ ਥੋੜਾ ਸਾਥ ਵੀ ਨਹੀਂ ਹੈਗਾ ਵੀ ਨੌਜਵਾਨ ਉੱਠ ਜ਼ਰੂਰ ਰਹੇ ਨੇ, ਪਰ ਜਿਹਨੇ ਉੱਠਣੇ ਉਹ ਨਹੀਂ ਉੱਠੇ, ਉਹ ਨਹੀਂ ਉੱਠੇ ਜਿਹਨੇ ਉੱਠਣੇ ਚਾਹੀਦੇ, ਜਿੰਨੀ ਲਹਿਰ ਦੀ ਲੋੜ ਹੈ ਨਾਲ ਇੱਕ ਲਹਿਰ, ਜਿਵੇਂ ਦੋ ਲਹਿਰਾਂ ਹੋ ਜਾਣ, ਨਹੀਂ ਜਿਹੜੀ ਜਿਵੇਂ ਆਪਾਂ ਹੁਣ ਕਿਸਾਨ ਹੈ ਯਾਰ, ਕਿਸਾਨ ਦੇ ਬੇਟੇ ਉਹ ਸਹਿਯੋਗ ਅਲੱਗ ਹੋਵੇ, ਉਹ ਅਲੱਗ ਹੋਵੇ, ਜਿਹੜੀ ਇਹ ਇਹਦਾ ਦੁੱਖ ਸੁੱਖ ਸੁਣਨਾ, ਕੋਈ ਕਿਸੇ ਦਾ ਕੰਮ ਅੜ ਰਿਹਾ ਨਜਾਇਜ਼, ਕੋਈ ਤੰਗ ਕਰ ਰਿਹਾ, ਕੋਈ ਪੁਲਿਸ ਕਰਮਚਾਰੀ ਤੰਗ ਕਰ ਰਿਹਾ, ਲੀਡਰ ਤੰਗ ਕਰ ਰਿਹਾ, ਕੋਈ ਵੀ ਤੰਗ ਕਰ ਰਿਹਾ, ਪਿੰਡ 'ਚ ਤੰਗ ਕਰ ਰਿਹਾ, ਮੈਂ ਤਾਂ ਇਹ ਕਹਿੰਦਾ ਵੀ ਇਹਦੇ ਵਾਸਤੇ ਹੁਣ ਲੀਡਰਾਂ ਦੀ ਕੀ ਤਾਕਤ ਹੈ ਯਾਰ, ਜਦੋਂ ਲੀਡਰ ਨੂੰ ਪਤਾ ਲੱਗ ਗਿਆ ਮਤਬਲੇ ਨਹੀਂ ਵੀ ਦੇਸ਼ ਭੈਣ ਦਾ ਖੁਸ਼ਹਾਲ ਬਸੂਗਾ, ਨਾਲੇ ਤੇਰਾ ਆਹ ਜਿਹੜੇ ਕਹਿੰਦੇ ਨੇ ਨਾ ਮੰਗਾਂ, ਹੁਣ ਆਹ ਕਿੱਦਾਂ ਦੇ ਬੈਠੇ ਨੇ ਆਪਣੇ ਕਿਸਾਨ ਵਿਚਾਰੇ, ਜਦੋਂ ਇਹ ਪਤਾ ਲੱਗ ਗਿਆ ਵੀ ਨੌਜਵਾਨ ਆਹ ਪੱਧਰ ਤੇ ਚੱਲ ਪਏ, ਭਗਤ ਸਿੰਘ ਵਾਲੀ ਸੋਚ ਫੜ ਲਈ, ਮੰਗਾਂ ਛੱਡ ਤੁਸੀਂ ਕੁਛ ਮਰਜ਼ੀ ਮਨਾ ਲਈ, ਮੇਰਾ ਦਿਲ ਕਹਿੰਦਾ ਇਹ ਬਾਈ ਮੇਰਾ ਵਿਚਾਰ ਹੈ, ਬਾਕੀ ਭਾਈ ਸੂਝਵਾਨ ਆਪੋ ਤੋਂ ਤਾਂ ਬਹੁਤ ਬਹੁਤੇ ਨੇ ਲੋਕ, ਬਹੁਤ ਬੈਠੇ ਨੇ, ਕਰਦੇ ਵੀ ਹੋਣੇ ਕਰ ਵੀ ਰਹੇ ਹੋਣੇ, ਇਹ ਵੀ ਨਹੀਂ ਆਪਾਂ ਨੂੰ ਪਤਾ, ਪਰ ਮਨ 'ਚ ਆਇਆ ਵਿਚਾਰ ਆਪਾਂ ਨੇ ਜ਼ਾਹਰ ਕਰਤਾ, ਵੈਸੇ ਆਪਾਂ ਤਾਂ ਵਿਚਾਰ ਹੈ ਵੀ ਜਿਹੇ ਜੇ ਆਪਾਂ ਲੋਕਲ ਵਿਚਾਰ ਨੇ ਇੱਕ ਦੂਜੇ ਨਾਲ ਮਿਲ ਵਰਤਣ, ਪਰ ਇਹ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ, ਮੌਕਾ ਬਾਕੀ ਟਾਈਮ ਹੈ, ਆਵਾਜ਼ ਹੈ ਲੋਕਾਂ ਦੀ ਵੀ, ਆਵਾਜ਼ ਹੈ ਬੱਚੇ ਬੱਚੇ ਦੀ, ਆਵਾਜ਼ ਹੈ, ਲੋਕ ਬਦਲਾਅ ਵੀ ਭਾਲ ਰਹੇ ਨੇ, ਬਦਲਾਅ ਵੀ ਭਾਲਦੇ ਨੇ, ਦੇਖੋ ਵੈਸੇ ਤਾਂ ਆਪਾਂ ਇੰਨੇ ਵੱਡੇ ਜਾਣਕਾਰ ਨਹੀਂ ਹੈਗੇ, ਵੈਸੇ ਜਿਹੜੇ ਸਿਸਟਮ ਨਾਲ ਦੇਖ ਰਹੇ ਹਾਂ ਵੀ ਹੁਣ ਗਾਹਾਂ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਬਹੁਤ ਟੇਢਾ ਹੋ ਰਿਹਾ, ਟੇਢਾ ਕਿਉਂ ਹੋ ਰਿਹਾ, ਜਿਹੜਾ ਕੋਈ ਬੱਚਾ ਮਾੜਾ ਜਿਹਾ ਪਲੱਸ ਟੂ ਕਰਦਾ, ਕੋਈ ਦਸਵੀਂ ਕਰਦਾ, ਕੋਈ ਬੀ ਏ ਕਰਦਾ,
ਆਈਲੈਟਸ ਕਰਦਾ ਬਾਹਰ ਨੂੰ ਤੁਰਿਆ ਜਾ ਰਿਹਾ, ਜਿਹੜੀ ਪੰਜਾਬ ਦੀ ਇੰਡੀਆ ਦੀ ਲਾ ਲਓ ਵਧੀਆ ਨੌਜਵਾਨੀ ਹੈ ਉਹ ਤਾਂ ਬਾਹਰ ਨੂੰ ਚਲੀ ਜਾ ਰਹੀ ਹੈ, 20 ਲੱਖ ਲਾ ਕੇ, 15-15 ਲੱਖ ਲਾ ਕੇ, 30-30 ਲੱਖ ਲਾ ਕੇ ਲੋਕ ਆਪਦੀ ਜੱਦੀ ਪੁਸ਼ਤੀ ਜ਼ਮੀਨਾਂ ਵੇਚ ਵੇਚ ਕੇ ਜਾ ਰਹੇ ਨੇ। ਫਿਰ ਉਹੀ ਤਾਂ ਗੱਲ ਹੈ ਨਾ, ਘੇਰਨ ਵਾਲਾ ਨੀ ਇਹਨਾਂ ਨੂੰ ਕੋਈ ਗੱਲ ਪਾਈ, ਸਰਕਾਰਾਂ ਦਾ ਵੀ ਇਹ ਸਿਸਟਮ ਹੋ ਰਿਹਾ ਨਾ, ਜੇ ਨੌਜਵਾਨੀ ਨੂੰ ਕੋਈ ਰੋਕਣ ਵਾਲਾ ਹੋਵੇ। ਇਹ ਲਾਲ ਮਰੂਦ ਹੈ ਬਾਈ, ਲਾਲ ਪੂਰਾ ਦੇਖ ਸਕਦੇ ਹੋ ਤੁਸੀਂ, ਲਾਲ ਪਿੰਜੂ ਮਰੂਦ। ਇਹਦੂ ਬਾਅਦ ਆਪਾਂ ਇਹਨੂੰ ਖਾਂਦੇ ਹਾਂ।